ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਸਟੱਡੀ ਹਬ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਅੱਜ ਅਸੀਂ ਵੇਖਾਂਗੇ ਇੱਕ ਨਵੇਂ ਨੈਸ਼ਨਲ ਪਾਰਕ ਦੇ ਬਾਰੇ ਆਪਾਂ ਨਿਕਨੇ ਅੱਜ ਉੱਤਰਾਖੰਡ ਸਟੇਟ ਦੇ ਨੈਸ਼ਨਲ ਪਾਰਕ ਵੇਖਾਂਗੇ ਆਪਾਂ ਉੱਤਰਾਖੰਡ ਤੁਹਾਨੂੰ ਪਤਾ ਹੋਵੇਗਾ ਭਾਰਤ ਦਾ ਇਹਨੂੰ ਯੂਕੇ ਕਹਿੰਦੇ ਆਪਾਂ ਠੀਕ ਹੈ ਸ਼ਾਰਟ ਫਾਰਮ ਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਮੇਨਲੀ ਤੁਸੀਂ ਕੁਝ ਨੇ ਤਾਂ ਇਹ ਵੀ ਯਾਦ ਰੱਖੋਗੇ ਇੱਥੇ ਫੋਰੈਸਟ ਡਿਪਾਰਟਮੈਂਟ ਦਾ ਹੈੱਡਕੁਆਟਰ ਵੀ ਹੈਗਾ ਆਪਣਾ ਇੰਡੀਅਨ ਫੋਰੈਸਟ ਠੀਕ ਹੈ ਧਾਰਾਦੁਨ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਕਿਵੇਂ ਯਾਦ ਕਰਨਾ ਹੈ ਇਹ ਸ਼ਾਰਟ ਫਾਰਮ ਦੇ ਵਿੱਚ ਆਪਾਂ ਉੱਤਰਾਖੰਡ ਨੂੰ ਯੂਕੇ ਕਹਿੰਦੇ ਆ ਇੱਥੋਂ ਦੇ ਕੋਈ ਰਾਜਾ ਨਹੀਂ ਠੀਕ ਹੈ ਯੂਕੇ ਦੇ ਰਾਜਾ ਨੂੰ ਮਿਲਣ ਵਾਸਤੇ ਗੋਵਿੰਦ ਅਤੇ ਨੰਦਾ ਦੇਵੀ ਦੋ ਪਰਸਨ ਨੇ ਗੋਵਿੰਦ ਤੇ ਨੰਦਾ ਦੇਵੀ ਇਹਨਾਂ ਨੇ ਗੰਗਾ ਗੰਗਾ ਜਿਹੜੀ ਗੰਗਾ ਵੈਲੀ ਦੇ ਵਿੱਚ ਜਿਹੜੀ ਕੀ ਹੈ ਇੱਕ ਜਿਮ ਹੈਗੀ ਹੈ ਉੱਥੇ ਚਲੇ ਗਏ ਠੀਕ ਹੈ ਜੀ ਇਹ ਤੁਸੀਂ ਇੱਥੋਂ ਇਹ ਲਾਈਨ ਤੋਂ ਦੋ ਤਿੰਨ ਵਾਰੀ ਯਾਦ ਕਰ ਲਓ ਕਿ ਯੂਕੇ ਦੇ ਰਾਜਾ ਨੇ ਉਹਨੂੰ ਮਿਲਣ ਵਾਸਤੇ ਗੋਵਿੰਦ ਤੇ ਨੰਦਾ ਜੋ ਕਿ ਗੰਗਾ ਵੈਲੀ ਗੰਗਾ ਵੈਲੀ ਦੇ ਜਿਮ ਵਿੱਚ ਚਲੇ ਗਏ ਠੀਕ ਹੈ ਇਸ ਤੋਂ ਆਪਾਂ ਸਾਰੇ ਨੇਸ਼ਨ ਪਾਰਕ ਯਾਦ ਕਰ ਲਾਂਗੇ ਦੇਖੋ ਜੀ ਰਾਜਾਜੀਤ ਉਹ ਯੂਕੇ ਦੇ ਜਿਹੜੇ ਪਾਰਕ ਦੇ ਵਿੱਚ ਰਾਜਾ ਜਿਹੜਾ ਵਰਡ ਹੈ ਇੱਥੋਂ ਆਪਾਂ ਯਾਦ ਕਰਾਂਗੇ ਰਾਜਾ ਨੈਸ਼ਨਲ ਪਾਰਕ ਠੀਕ ਹੈ ਰਾਜਾ ਨੈਸ਼ਨਲ ਪਾਰਕ ਰਾਜਾਜੀ ਨੈਸ਼ਨਲ ਪਾਰਕ ਤੇ ਗੋਵਿੰਦ ਤੋਂ ਆਪਾਂ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਯਾਦ ਕਰ ਲਓ ਠੀਕ ਹੈ ਜੀ ਤੇ ਆਪਾਂ ਨੰਦਾ ਵੀ ਪੜਿਆ ਸੀ ਇਹ ਦੋ ਪਰਸਨ ਸੀਗੇ ਤਨੰਦਾ ਦਾ ਨੰਦਾ ਦੇਵੀ ਨੈਸ਼ਨਲ ਪਾਰਕ ਇੱਕ ਉਤਰਾਖੰਡ ਦੇ ਵਿੱਚ ਹੈ ਤੇ ਗੰਗਾ ਤੋਂ ਗੰਗੋਤਰੀ ਨੈਸ਼ਨਲ ਪਾਰਕ ਹੈ ਜਿੱਥੋਂ ਗੰਗਾ ਰਿਵਰ ਨਿਕਲਦੀ ਹੈ ਉਸ ਤੋਂ ਬਾਅਦ ਵੈਲੀ ਤੋਂ ਫਲਾਵਰ ਆਫ ਵੈਲੀ ਜਿਹੜੀ ਹੈ ਉਹ ਤੁਸੀਂ ਯਾਦ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਮ ਤੋਂ ਆਪਾਂ ਜਿਮ ਕੋਰਬਟ نیشنل پارک ਬੜਾ ਇੰਪੋਰਟੈਂਟ ਹੈ ਇਹਨੂੰ ਹੈਲੀ نیشنل پارک ਵੀ ਕਹਿੰਨੇ ਸੀ ਆਪਾਂ ਪੁਰਾਣੇ ਟਾਈਮ ਦੇ ਵਿੱਚ ਠੀਕ ਹੈ ਜੀ ਇਹ ਪੰਜ نیشنل پارک ਤੁਸੀਂ ਯਾਦ ਕਰਨੇ ਨੇ ਬੜੇ ਇੰਪੋਰਟੈਂਟ ਨੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ नेक्स्ट ਵੀਡੀਓ ਦੇ ਵਿੱਚ